ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਜੀ ਹਰਜਸ ਨੀਟਿੰਗ 'ਤੇ ਤੁਹਾਡਾ ਬਹੁਤ ਬਹੁਤ। ਅੱਜ ਮੈਂ ਤੁਹਾਡੇ ਲਈ ਸਵੈਟਰ ਦਾ ਇਹ ਡਿਜ਼ਾਇਨ ਲੈ ਕਰ ਆਈ ਹਾਂ ਜਿਹੜਾ ਕਿ ਬੇਬੀ ਸਵੈਟਰ, ਲੇਡੀਜ਼ ਕੋਟੀ ਸਭ 'ਤੇ ਬਹੁਤ ਸੋਹਣਾ ਲੱਗਦਾ ਹੈਗਾ ਅਤੇ ਬਹੁਤ ਹੀ ਸਿੰਪਲ ਹੈ, ਬਹੁਤ ਜਲਦੀ ਬਣਦਾ ਹੈ ਡਿਜ਼ਾਇਨ ਹੈ ਜੀ। ਅਤੇ ਜੇ ਕਰਕੇ ਤੁਹਾਨੂੰ ਇਹ ਪਸੰਦ ਆਉਂਦਾ ਤਾਂ ਇਸ ਨੂੰ ਲਾਈਕ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਚਾਰ ਚਾਰ ਕੁੰਡਿਆਂ 'ਤੇ ਇਹ ਡਿਜ਼ਾਇਨ ਪੈਂਦਾ। ਚਾਰ ਕੁੰਡੇ ਪੁੱਠੇ ਦੋ ਤਿੰਨ ਚਾਰ ਪੁੱਠੀ ਸਿਲਾਈ ਸਾਰੀ ਪੁੱਠੀ ਹੈ, ਸਾਰੇ ਕੁੰਡੇ ਪੁੱਠੇ ਹੀ ਪੈਣਗੇ। ਦੱਸਣਾ ਚਾਰ ਸਿਲਾਈਆਂ ਦੇ ਵਿੱਚ ਇਹ ਡਿਜ਼ਾਇਨ ਕੰਪਲੀਟ ਹੋ ਜਾਂਦਾ। ਹੁਣ ਪਹਿਲਾਂ ਕੁੰਡਾ ਛੱਡ ਕੇ ਦੂਸਰਾ ਕੁੰਡਾ ਇੱਧਰ ਚੱਕ ਲਿਆ, ਬਣ ਗਿਆ। ਉਹਨਾਂ ਚਾਰ ਕੁੰਡੇ ਫਿਰ ਪੁੱਠੇ ਆ, ਸਾਰੀ ਸਿਲਾਈ ਇੱਦਾਂ ਹੀ ਬੁਣ ਲੈਣੀ ਹੈ। ਕੁੰਡੇ ਉਲਟਾਉਣੇ ਆ ਚਾਰ ਚਾਰ,
उम्मीद है जी थानू मेरा यह डिजाइन पसंद आया होगा। तो जो थानू यह डिजाइन पसंद आया तो इसको लाइक करना और मेरे चैनल में सबसक्राइब करना जी। पुट्ठी सिलाई सारी पुट्ठी है, अगे दो सिलाइया एक सीधी तो एक पुट्ठी सीधिया पै जानी उपर, तो चौथी सिलाई के फिर डिजाइन पै जाना एक पुट्ठी। तो हम पुट्ठी चलनी है इस तरह, और बाद एक सीधी और एक पुट्ठी, तीन सिलाइया को पैनिया। चौथी सिलाई के फिर डिजाइन इस तरह आ जाएगा। देखो जी, तो वीडियो देखने लिए बहुत बहुत धन्यवाद है जी।